ਸਾਰੇ ਕਾਂਗਰਸੀ ਤੁਸੀਂ ਕਿਹਾ ਮੇਰੇ ਭਰਾ, ਇੱਕ ਤੁਸੀਂ ਪੁਰਾਣੇ ਆਪਦੇ ਦੁਸ਼ਮਣ ਨੂੰ ਵੀ ਭਰਾ ਬਣਾਇਆ, ਕੌਣ? ਬਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਜੱਫੀ ਪਾਈ, ਬਿਲਕੁਲ ਨਹੀਂ ਗਲਤ, ਤੁਸੀਂ ਵਚਨਬੱਧਤਾ ਦੀ ਗੱਲ ਕੀਤੀ, ਤੁਹਾਨੂੰ ਲੱਗਦਾ ਨਹੀਂ ਤੁਸੀਂ ਉੱਥੇ ਵਚਨਾਂ ਤੋਂ ਝੂਠੇ ਪੈ ਗਏ? ਬਿਲਕੁਲ ਗਲਤ, ਬਕਵਾਸ, ਨਾਮਾਕੂਲ ਗੱਲ ਕੀਤੀ। ਮੈਂ ਉਹਨੂੰ ਕਿਹਾ ਰਿਣ ਮੁਕਤ, ਤੇਰੇ ਖਿਲਾਫ ਰੰਜ ਸੀ ਮੇਰੇ ਅੰਦਰ, ਇੱਕ ਬਦਲੇ ਦੀ ਭਾਵਨਾ ਸੀ ਮੇਰੇ ਅੰਦਰ, ਖਤਮ ਹੋ ਗਿਆ, ਖਤਮ। ਮੈਂ ਕਿਹਾ ਅੱਜ ਤੋਂ ਉਹ ਖਤਮ ਹੈ। ਪਰ ਕਈ ਕਾਂਗਰਸੀ ਕਹਿੰਦੇ ਅਸੀਂ ਸਿੱਧੂ ਮਗਰ ਲੱਗ ਕੇ ਫਿਰ ਭਾਈ ਲੱਸੀ ਹੋ ਗਏ, ਕਹਿੰਦੇ ਸਾਡੀ ਦੁਸ਼ਮਣੀ ਪੈ ਗਈ। ਜੋ ਕੀਤਾ ਸ਼ਰੇਆਮ ਕੀਤਾ, ਕਿਸੇ ਫਾਰਮ ਹਾਊਸ 'ਤੇ ਜਾ ਕੇ ਨਹੀਂ ਕੀਤਾ, ਰਾਤਾਂ ਦੇ ਹਨੇਰਿਆਂ 'ਚ ਨਹੀਂ ਕੀਤਾ। ਜੇ ਇੱਕ ਮਿੰਟ ਮਿਲਿਆ ਨਿਭਾ ਦੂੰ, ਕੋਈ ਰੰਜ ਨਹੀਂ ਹੈ। ਗਲਤ ਕਰੂੰ ਥੋਕੂ, ਅੱਛੇ ਓਪੋਜੀਸ਼ਨ ਦਾ ਰੋਲ ਨਿਭਾ ਰਿਹਾ, ਕੀ ਗਲਤ ਹੈ? ਬਿਕਰਮ ਆਵੇ ਮੇਰੇ ਕੋਲ, ਤੈਨੂੰ ਪਤਾ ਜਦੋਂ ਮੈਂ ਕੁਛ ਅੱਛੀਆਂ ਚੀਜ਼ਾਂ ਵੀ ਯਾਦ ਰੱਖਣੀਆਂ ਚਾਹੀਦੀਆਂ, ਜਦੋਂ ਮੈਂ ਇਹ ਬ੍ਰਣ ਦਿੱਤਾ ਸੀਗਾ ਵੀ ਮੈਂ ਅੰਮ੍ਰਿਤਸਰ ਮਰਗਤ 'ਤੇ ਵੀ ਪਟਿਆਲੇ ਨਹੀਂ ਜਾਊਂਗਾ ਜਦ ਤੱਕ ਤੁਸੀਂ ਨਹੀਂ ਚਾਹੋਗੇ। ਉਹ ਕਹਿੰਦੇ ਮਾਈਗ੍ਰੇਟਰੀ ਬਰਡ ਹੈ ਤੂੰ। ਸਿੱਧੂ ਕੱਬਾ ਬੜਾ ਹੈ ਜਵਾਨ ਦੇ ਮਾਮਲੇ 'ਚ, ਅਤੇ ਮੇਰੇ ਫਾਦਰ ਲਾਅ ਦੀ ਡੈਥ ਹੋਈ ਸੀ, ਮੇਰੀ ਵਾਈਫ ਬਿਮਾਰ ਹੋ ਗਈ, ਉੱਥੋਂ ਮੁੜੀ ਖੱਬੇ, ਮੈਂ ਸੱਜੇ ਮੁੜਿਆ, ਹੈ ਦਮ ਕਿਸੇ 'ਚ? ਉਦੋਂ ਕੌਣ ਆਇਆ ਸੀ ਮੇਰੇ ਫਾਦਰ ਲਾਅ ਦੇ ਭੋਗ 'ਤੇ? ਬਿਕਰਮ ਆ ਗਿਆ ਨਾ ਯਾਦ ਨੂੰ, ਤੁਸੀਂ ਮੈਨੂੰ ਗੱਲ ਸੁਣਾਈ ਹੈ ਉਦੋਂ? ਮੈਨੂੰ, ਮੈਂ ਗੱਲ ਨਹੀਂ ਸੁਣਾਈ, ਕਿਹ ਤੋਂ ਪੁੱਛ ਲਈ? ਇੱਥੇ ਕੁਲਦੀਪ ਮਾਨ ਹੁੰਦਾ ਸੀ ਉਦੋਂ ਅੰਮ੍ਰਿਤਸਰ 'ਚ ਜਰਨਲਿਸਟ ਐਚ ਡੀ ਦਾ, ਉਹ ਕਹਿੰਦਾ ਯਾਰ ਸਿੱਧੂ ਸਾਹਿਬ ਦੇ ਨਾ ਘਰ ਦੇ ਬਾਹਰ ਚਾਰ ਬੰਦੇ ਲਾਏ ਹੋਏ ਨੇ, ਅੰਦਰ ਵੀ ਇਕੱਠੇ ਰਹੇ ਕਦੀ ਮਿਲੇ? ਨਾ ਨਾ, ਬਿਲਕੁਲ ਕਦੇ ਨਹੀਂ ਮਿਲੇ, ਇੱਕ ਵਾਰ ਵੀ। ਆਸ਼ੂ ਨੂੰ ਮਿਲਿਆ, ਅੱਛਾ, ਕਾਫੀ ਵਾਰ ਮਿਲਿਆ ਆਸ਼ੂ ਨੂੰ। ਆਸ਼ੂ ਨੂੰ ਅੰਦਰ ਦੇਣ ਦੇ ਲਈ ਸਾਜ਼ਿਸ਼ਾਂ ਰਚੀਆਂ ਗਈਆਂ, ਮੈਨੂੰ ਉੱਥੇ ਬੁਲਾਇਆ, ਬੁਲਾਉਂਦੇ ਸੀ, ਮੈਂ ਨਹੀਂ ਗਿਆ। ਇਸ ਮਹਿਲ ਚੋਂ ਟਰਾਂਸਫਰਮੇਸ਼ਨ ਸਿੱਧੂ ਸਾਹਿਬ, ਕਿ ਇੱਕ ਬੰਦਾ ਨਵਜੋਤ ਸਿੰਘ ਸਿੱਧੂ ਮਹਿਲ ਸੌਣ ਵਾਲਾ, ਉਹਨੂੰ ਜੇਲ੍ਹ 'ਚ ਸੌਣਾ ਪੈ ਰਿਹਾ, ਕੋਈ ਫਰਕ ਨਹੀਂ। ਨਵਜੋਤ ਸਿੱਧੂ ਦੇ ਲਈ ਉਹ ਪਲ ਕਿਸ ਤਰ੍ਹਾਂ ਦੇ ਸੀ? ਤੁਹਾਡਾ ਪਹਿਲਾ ਦਿਨ ਕਿਵੇਂ ਬੀਤਦਾ ਸੀ? ਉਹ ਪਲ ਸਦਗਤੀ ਦੇ ਸੀ। ਤੁਸੀਂ ਫਿਰ ਉਹਨੂੰ ਯੂਟੀਲਾਈਜ਼ ਕਿਵੇਂ ਕੀਤਾ? ਮੈਂ ਜਦੋਂ ਗਿਆ ਅੰਦਰ, ਮੈਂ ਕਿਹਾ ਮਾਂ ਮਾਈ, ਮੈਨੂੰ ਬਸ ਗਰਮੀ ਤੋਂ ਥੋੜ੍ਹਾ ਜਿਹਾ ਡਰ ਲੱਗਦਾ, ਅੱਛਾ, ਪਸੀਨਾ ਪਸੂਨਾ ਆਵੇ ਤਾਂ ਨੀਂਦ ਆਉਣੀ ਚਾਹੀਦੀ ਹੈ। ਇੱਕ ਦਿਨ ਗਰਮੀ ਨਹੀਂ ਲੱਗੀ, ਤੂੰ ਪੁੱਛੀ ਜਿਹੜੇ ਅੰਦਰ ਸੀ ਮੇਰੇ 3 ਸੇਵਾਦਾਰ ਕਿਵੇਂ ਸੀ ਤੁਹਾਡਾ ਰਹਿਣ? ਮੈਂ ਕਹਿੰਦਾ ਰਹਿਣ ਸਹਿਣ, ਤੂੰ ਪੁੱਛਣਾ ਤੂੰ, ਜਿਹੜੀ ਸਦਗਤੀ ਮੇਰੀ, ਮੈਂ ਪੁੱਛਣਾ ਤੁਹਾਡੇ, ਜਿਹੜੀ ਸਦਗਤੀ ਮੇਰੀ ਜੇਲ੍ਹ 'ਚ ਹੋਈ ਕਦੇ ਹੋਈ ਨਹੀਂ ਸਕਦੀ। ਹਾਂ, ਉੱਥੇ ਇੱਕ ਬੰਦਾ ਆਇਆ, ਉਹ ਮੈਨੂੰ ਚੰਡੀ ਦੀ ਵਾਰ ਸੁਣਾਉਂਦਾ ਹੁੰਦਾ, ਅੱਛਾ, ਦਸ਼ਮੇਸ਼ ਬਤਾ ਦੇ, ਮੇਰੇ ਲੋਏ ਕੰਡੇ ਖੜ੍ਹੇ ਹੋਏ ਨੇ, ਮੈਨੂੰ ਦਿਖਦਾ ਹੁੰਦਾ ਬਹੁਤ ਕੁਛ ਅੰਦਰੋਂ, ਠੀਕ ਹੈ, ਚੰਡੀ ਦੀ ਵਾਰ। ਉਹ ਮੈਨੂੰ ਕਹਿੰਦਾ ਸਿੱਧੂ ਸਾਹਿਬ ਇੱਕ ਗੱਲ ਕਹਾਂ, ਇਹ ਦਿਖਣਾ ਵਧੂਗਾ। ਮੈਂ ਕਿਹਾ ਕਿਉਂ? ਕਹਿੰਦਾ ਜੇ ਮਨ 'ਚ ਕਿਸੇ ਬਾਰੇ ਰਾਂਝਾ ਕੱਢਦੇ, ਮਾਫ਼ ਕਰਦੇ, ਕਰਤਾ ਪੁੱਛ ਕੀ ਕਿਹਾ ਹੁਣ? ਮੈਂ ਕਿਹਾ ਆਈ ਫੋਰਗਿਵ ਯੂ, ਮੇਰੇ ਮਨ 'ਚ ਤੇਰੇ ਬਾਰੇ ਕੋਈ ਰਾਂਝ ਨਹੀਂ, ਔਰ ਸੱਚੀ ਕਹਾਂ ਕੁਛ ਨਹੀਂ ਹੈ। ਹਾਂ, ਪੰਜਾਬ ਬਾਰੇ ਕੋਈ ਮੈਨੂੰ ਲੱਗੂਗਾ ਕਿ ਗਲਤ ਕਦਮ ਚੁੱਕਿਆ, ਫੱਟ ਠੋਕੂ।